ਇੱਕ ਡਾਕਟਰ ਦੇ ਵੱਲੋਂ ਸ਼ਰੇਆਮ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਜਦੋਂ ਦੋ ਨੌਜਵਾਨ ਆਪਣੇ ਏਸੀ ਸਰਵਿਸ ਦੇ 3500 ਰੁਪਏ ਲੈਣ ਦੇ ਲਈ ਡਾਕਟਰ ਦੇ ਕੋਲ ਗਏ ਤਾਂ ਡਾਕਟਰ ਕਾਫੀ ਗੁੱਸੇ ਦੇ ਵਿੱਚ ਆ ਗਿਆ ਤੇ ਉਸਨੇ ਗੁੱਸੇ ਦੇ ਵਿੱਚ ਆ ਕੇ ਸਿੱਧਾ ਹਵਾ ਦੇ ਵਿੱਚ ਪਿਸਤੌਲ ਤਾਣ ਕੇ ਕਈ ਫਾਇਰ ਕਰ ਦਿੱਤੇ, ਜਿਸ ਤੋਂ ਬਾਅਦ ਉਹ ਨੌਜਵਾਨ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਉਂਦੇ ਨੇ। ਤੇ ਜਿਵੇਂ ਹੀ ਉਹਨਾਂ ਨੇ ਜਾ ਕੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ, ਪਹਿਲਾਂ ਤਾਂ ਪੁਲਿਸ ਦੇ ਵੱਲੋਂ ਮਾਮਲਾ ਦਰਜ ਨਾ ਕੀਤਾ ਤੇ ਫਿਰ ਜਦੋਂ ਉਹਨਾਂ ਨੇ ਦੁਬਾਰਾ ਤੋਂ ਪੁਲਿਸ ਦੇ ਕੋਲ ਆਪਣੇ ਲਈ ਇਨਸਾਫ ਦੀ ਗੁਹਾਰ ਲਗਾਈ ਤਾਂ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਪੁਲਿਸ ਦੇ ਵੱਲੋਂ ਹੁਣ ਮਾਮਲਾ ਦਰਜ ਕਰ ਲਿਆ ਗਿਆ, ਪਰ ਡਾਕਟਰ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਜਦਕਿ ਘਟਨਾ ਦੀ CCTV ਵੀ ਸਾਹਮਣੇ ਆਈ ਹੈ, ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਡਾਕਟਰ ਬਾਹਰ ਖੜ੍ਹਾ ਨਜ਼ਰ ਆ ਰਿਹਾ ਅਤੇ ਉਸਨੇ ਹਵਾ ਦੇ ਵਿੱਚ ਪਿਸਤੌਲ ਤਾਣ ਕੇ ਉੱਪਰ ਨੂੰ ਕਈ ਫਾਇਰ ਕੀਤੇ ਨੇ, ਜਿਸ ਤੋਂ ਬਾਅਦ ਉਹ ਮਕੈਨਿਕ ਆਪਣੇ ਥਾਂ ਤੋਂ ਭੱਜ ਜਾਂਦੇ ਨੇ, ਆਪਣੀ ਜਾਨ ਬਚਾਉਂਦੇ ਨੇ। ਅਤੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਜਦੋਂ ਪੁਲਿਸ ਦੇ ਵੱਲੋਂ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਉਹਨਾਂ ਨੇ ਖੁਦ ਇਸਦੀ CCTV ਕਢਾਈ ਅਤੇ ਪੁਲਿਸ ਨੂੰ ਜਦੋਂ ਦਿੱਤੀ ਤਾਂ ਪੁਲਿਸ ਦਾ ਕਹਿਣਾ ਸੀ ਕਿ ਉਸਦੇ ਵੱਲੋਂ ਫਾਇਰ ਨਹੀਂ ਸਗੋਂ ਪਟਾਕੇ ਚਲਾਏ ਜਾ ਰਹੇ ਨੇ। ਹਾਲਾਂਕਿ ਇਸ ਗੱਲ ਦਾ ਵੀ ਹਵਾਲਾ ਉਹਨਾਂ ਨੇ ਦਿੱਤਾ ਕਿ ਪੁਲਿਸ ਦੇ ਉੱਤੇ ਲਗਾਤਾਰ ਡਾਕਟਰ ਦੇ ਵੱਲੋਂ ਵੀ ਪ੍ਰੈਸ਼ਰ ਬਣਾਇਆ ਜਾ ਰਿਹਾ ਸੀ, ਜਿਸ ਦੇ ਕਾਰਨ ਪੁਲਿਸ ਉਹਨਾਂ ਦੇ ਨਾਲ ਧੱਕਾ ਕਰ ਰਹੀ ਸੀ। ਫਿਲਹਾਲ ਹੁਣ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ, ਲੋਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਪੂਰੇ ਸਮਾਜ ਸੇਵਿਕ ਸੰਸਥਾਵਾਂ, ਵਿਪੱਖ ਦੇ ਲੋਕ ਬੜੇ ਚਿੰਤਾ ਦੇ ਵਿੱਚ ਹੈਗੇ ਆ। ਲੇਕਿਨ ਜਦੋਂ ਪੰਜਾਬ ਦੇ ਲੋਅ ਐਂਡ ਆਰਡਰ ਦੀ ਗੱਲ ਹੁੰਦੀ ਹੈ ਤਾਂ ਸ਼ਰੇਆਮ ਪੰਜਾਬ ਦੇ ਵਿੱਚ ਗੋਲੀਆਂ ਚੱਲਦੀਆਂ ਆ, ਅਤੇ ਜਦੋਂ ਗੋਲੀਆਂ ਚੱਲਦੀਆਂ ਤਾਂ ਉਹਦੀ ਵੀਡੀਓ ਜੇ ਸਰਕਾਰੀ ਕੈਮਰਿਆਂ 'ਚੋਂ ਨਿਕਲੀ ਹੋਵੇ ਤਾਂ ਪੁਲਿਸ ਕਹਿੰਦੀ ਆ ਕਿ ਅੱਜ ਪਟਾਕੇ ਚਲਾਏ ਆ। ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਇਸ ਪਰਿਵਾਰ ਦੇ ਨਾਲ ਹੋਇਆ। ਇਹ ਲਵਪ੍ਰੀਤ ਕੁਮਾਰ ਵੀਰਾ ਜੋ ਉਹ DC ਦਫ਼ਤਰ ਦੇ ਵਿੱਚ ਕੰਮ ਕਰਦਾ ਆ, DC ਦਫ਼ਤਰ ਦੇ ਵਿੱਚ ਲੱਗਾ ਹੈ ਤਾਂ ਉਹਦਾ ਛੋਟਾ ਭਰਾ ਜਿਹੜਾ ਏਸੀਆਂ ਦੀ ਰਿਪੇਅਰਿੰਗ ਕਰਦਾ ਆ। ਕੋਈ ਦ੍ਰਿਸ਼ਟੀ ਹੋਸਪਿਟਲ ਦਾ ਮਾਲਕ ਡਾਕਟਰ ਪ੍ਰਿਥਵੀ ਭਾਰਤਵਾਜ, ਔਰ ਅਤੇ ਅੱਗੇ ਵੀ 102 FIR ਨੰਬਰ ਅਤੇ 326 ਦਾ ਮੁਕੱਦਮਾ ਅੱਗੇ ਵੀ ਦਰਜ ਹੈਗਾ। ਉਹਨੇ ਕਿਸੇ ਬੰਦੇ ਨੇ ਦਾਤਰ ਮਾਰ ਕੇ ਸਿਰ ਦੇ ਉੱਤੇ ਸੱਟ ਲਾਈ ਸੀ, ਉਹਦਾ ਝਗੜਾ ਹੁੰਦਾ ਕਿਉਂ ਆ? ਹੋਣ ਦਾ ਰੀਜ਼ਨ ਇਹ ਹੈਗਾ ਕਿ ਭਾਈ ਸਾਹਿਬ ਜਦੋਂ ਉਹਦੇ ਘਰ ਕੋਈ ਮੁਲਾਜ਼ਮ ਜਾਂ AC ਵਾਲਾ ਵਰਕਰ ਜਾਵੇ ਠੀਕ ਕਰਨ, ਜਾਂ ਕੋਈ ਹੋਰ ਮੁਲਾਜ਼ਮ ਜਿਹਨੇ ਕੰਮ ਕਰਨ ਤੋਂ ਬਾਅਦ ਪੈਸੇ ਮੰਗਣੇ ਆ, ਉਹਨੇ ਕਲੇਸ਼ ਪਾ ਕੇ ਅਤੇ ਆਪਣੀ ਪੂਰੀ ਧੌਂਸ ਦੱਸਣੀ ਆ ਅਤੇ ਉਸ ਬੰਦੇ ਦੇ ਉੱਤੇ ਜਾਂ ਜਾਨਲੇਵਾ ਹਮਲਾ ਕਰਨਾ, ਗੋਲੀਆਂ ਚਲਾਉਣਾ, ਉਹਦਾ ਸ਼ਰੇਆਮ ਪੇਸ਼ ਹੈਗਾ। ਇਸ ਤਰ੍ਹਾਂ ਦਾ ਵਕੂਆ 1 28 ਅਗਸਤ ਨੂੰ ਹੋਇਆ। ਪਰਿਵਾਰ ਅੱਜ 26 ਸਤੰਬਰ ਹੋ ਗਈ ਆ, 1 ਮਹੀਨਾ ਹੋਣ 'ਤੇ ਆ ਗਿਆ, ਲੇਕਿਨ ਪੁਲਿਸ ਵੱਲੋਂ ਹਾਲੇ ਤੱਕ ਕੋਈ ਵੀ FIR ਦਰਜ ਨਹੀਂ ਕੀਤੀ। ਇਹ ਮਾਮਲਾ ਹੈਗਾ ਇਸਲਾਮਾਬਾਦ ਥਾਣੇ ਦਾ, SHO ਜਸਵੀਰ ਲੱਗਾ। ਲੇਕਿਨ ਹੁਣ ਉਹ ਜਸਵੀਰ ਨੇ ਕੀ ਕੀਤਾ, ਜਦੋਂ ਸਰਕਾਰੀ ਕੈਮਰਿਆਂ 'ਚੋਂ ਵੀਡੀਓ ਕਢਾਈ, ਵੀਡੀਓ ਕਢਾਉਣ ਤੋਂ ਬਾਅਦ ਇਸ ਪਰਿਵਾਰ ਨੂੰ ਵੀਡੀਓ ਨਹੀਂ ਦਿਖਾਈ ਜਾਂਦੀ, ਇਸ ਪਰਿਵਾਰ ਨੂੰ ਕਿਹਾ ਜਾਂਦਾ ਕਿ ਇਹ ਜਿਹੜੇ ਪਟਾਕੇ ਚੱਲਦੇ ਪਏ, ਮੈਂ ਆਪ ਜੀ ਨੂੰ ਆਪਣੇ ਫੋਨ ਤੋਂ ਵੀਡੀਓ ਦਿਖਾ ਦਾਂ, ਅਤੇ ਆਪ ਜੀ ਜਨਤਕ ਵੀ ਕਰ ਦਿਓ। ਇਹ ਜਿਹੜਾ ਡਾਕਟਰ ਪ੍ਰਿਥਵੀ ਹੈਗਾ, ਦੋ ਮੁਲਾਜ਼ਮ ਜਾਂਦੇ ਵੀਰ ਜਾਂਦੇ ਆ, ਉਹਨੂੰ ਪੁੱਛਦੇ ਆ ਕਿ ਭਾਈ ਸਾਹਿਬ ਇਹ ਜਿਹੜਾ AC ਦੇ ਸਾਡੇ ਪੈਸੇ 3500 ਰੁਪਇਆ ਬਣਿਆ ਉਹ ਦੇ ਦਿਉ, ਅਤੇ ਉਹਨੂੰ ਪਰਦੇਸੀ ਆਈਸਕ੍ਰੀਮ ਲਾਗੇ ਜਿਹੜੀ ਇਸਲਾਮਾਬਾਦ ਚੌਂਕ ਦੇ ਵਿੱਚ ਮੌਜੂਦ ਆ ਉੱਥੇ ਬੁਲਾ ਲਿੱਤਾ ਜਾਂਦਾ। ਬਾਅਦ ਦੇ ਵਿੱਚ ਸਾਈਡ 'ਤੇ ਹੋ ਕੇ ਗੋਲੀ ਚਲਾਈ ਜਾਂਦੀ ਆ ਅਤੇ ਉਹਨਾਂ ਵੀਰਾਂ ਨੂੰ ਭਜਾ ਦਿੱਤਾ ਜਾਂਦਾ, ਅਤੇ ਬਾਅਦ 'ਚ ਇਸ ਵੀਰਾਂ ਦੇ ਆਪਣੇ ਪੈਸੇ ਦੀ ਧੌਂਸ ਦੇ ਨਾਲ SHO ਨੂੰ ਖਰੀਦ ਕੇ, ਅਤੇ ਉਹ ਅੱਜ ਤੱਕ ਬਾਹਰ ਫਿਰ ਰਿਹਾ, ਅਜੇ ਤੱਕ ਪੁਲਿਸ ਨੇ ਪਰਚਾ ਦਰਜ ਨਹੀਂ ਕੀਤਾ। ਅਤੇ ਥੋੜ੍ਹਾ ਜਿਹਾ ਧਿਆਨ ਤੁਹਾਡਾ ਹੋਰ ਲਿਆਦਾ ਕਿ 28 ਦੀ ਰਾਤ ਇਹ ਵਾਰਦਾਤ ਹੁੰਦੀ ਆ ਅਤੇ 29 ਤਰੀਕ ਨੂੰ ਸਾਡੇ ਮਾਣਯੋਗ CM ਸਾਹਿਬ ਅੰਮ੍ਰਿਤਸਰ 'ਚ ਮੌਜੂਦ ਸੀ, ਸੀਤਲਾ ਮੰਦਿਰ ਦੇ ਵਿੱਚ ਆਏ ਸੀ ਨਮਸਤਕ ਹੋਣ। ਉੱਦਣ ਉਸ ਤੋਂ 1 ਦਿਨ ਪਹਿਲਾਂ ਰਾਤ ਪਰਚਾ ਦਰਜ ਹੁੰਦਾ, ਪੁਲਿਸ ਨੂੰ ਪਤਾ ਹੋਣ ਦੇ ਬਾਵਜੂਦ ਵੀ ਕਿ ਅਗਲੇ ਦਿਨ CM ਨੇ ਆਉਣਾ ਅਤੇ ਅਰੈਸਟ ਕਿਸੇ ਦੀ ਨਹੀਂ ਪਈ, ਪਰਚਾ ਹਜੇ ਤੱਕ ਨਹੀਂ ਦਰਜ ਕੀਤਾ, ਪਤਾ ਨਹੀਂ ਪੁਲਿਸ ਲੋਅ ਐਂਡ ਆਰਡਰ ਦੀ ਸਥਿਤੀ ਨੂੰ ਕੀ ਸਮਝ ਪਾ ਰਹੀ ਹੈ। ਮਨੀ ਜੀ ਕਿੰਨੀਆਂ ਗੋਲੀਆਂ ਚੱਲੀਆਂ ਸੀ? ਦੇਖੋ ਜੀ, ਇਸ ਵੀਡੀਓ ਦੇ ਵਿੱਚ ਸ਼ਰੇਆਮ ਵੇਖ ਰਿਹਾ ਕਿ 2 ਤੋਂ 3 ਫਾਇਰ ਹੋਏ ਆ,
ਅਤੇ ਉਸ ਜਿਹੜੇ ਫਾਇਰ ਵੀ ਹੋਏ ਉਹਦੇ ਲਾਇਸੈਂਸੀ ਪਿਸਟਲ ਤੋਂ ਹੋਏ ਆ, ਲੇਕਿਨ ਪੁਲਿਸ ਨੂੰ ਲੱਗਦਾ ਕੁਛ ਇਹੋ ਜਿਹੇ ਚਸ਼ਮੇ ਲਿਆ ਕੇ ਦੇਣੇ ਜਿੱਥੇ ਉਹਨਾਂ ਨੂੰ ਕੋਈ ਲੋਅ ਐਂਡ ਆਰਡਰ ਸਥਿਤੀ ਜਿਹੜੀ ਸਹੀ ਦਿਖੇ। ਇਹਨੂੰ ਗੋਲੀਆਂ ਨੂੰ ਕਹਿੰਦੇ ਆ ਕਿ ਭਾਈ ਸਾਹਿਬ ਇਹ ਪਟਾਕੇ ਚੱਲੇ ਆ, ਪਟਾਕੇ ਦੇ ਵਿੱਚ ਤਾਂ ਇਹਦੇ ਵਿੱਚ ਕੋਈ ਜ਼ਮੀਨ ਆਸਮਾਨ ਦਾ ਫਰਕ ਹੈਗਾ, ਚਲਾ ਕੇ ਗੋਲੀ ਅੱਜ ਵੀ ਗੁਨਾਹਗਾਰ ਉਹ ਸ਼ਰੇਆਮ ਘੁੰਮ ਰਿਹਾ, ਅਤੇ ਲੋਅ ਐਂਡ ਆਰਡਰ ਫਿਰ ਭਾਈ ਸਾਹਿਬ ਪੰਜਾਬ ਦਾ ਤਾਂ ਹੋਊਗਾ ਖਰਾਬ। ਪੁਲਿਸ ਕਾਰਵਾਈ ਦੀ ਕੋਈ ਗੱਲ ਨਹੀਂ ਕਰਦੀ, ਇਹ ਤਾਂ ਮੈਨੂੰ ਸੀ ਸੀ ਟੀ ਵੀ ਦੀ ਫੁਟੇਜ ਮੈਂ ਆਪਣੇ ਬਿਹਾਫ 'ਤੇ ਕਢਾਈ, ਕਿਉਂਕਿ ਉਸ ਟਾਈਮ 'ਤੇ ਮੇਰੇ ਕੁਛ ਮੁੰਡੇ ਮੌਜੂਦ ਸੀ। ਫਿਰ ਮੈਂ ਇਸ ਪਰਿਵਾਰ ਨਾਲ ਵਾਰਤਾਲਾਪ ਕੀਤਾ, ਜਦੋਂ ਮੈਂ ਇਸ ਪਰਿਵਾਰ ਦੇ ਘਰ ਗਿਆ ਅਤੇ ਇਸ ਪਰਿਵਾਰ ਦੇ ਜੀ ਮੇਰੇ ਨਾਲ ਰੋਣ ਲੱਗ ਪਏ। ਉਹ ਕਹਿੰਦੇ ਕਿ ਭਾਈ ਸਾਹਿਬ ਅਸੀਂ ਨੋਰਮਲ ਜੀ ਹਾਂ, ਜਿਨ੍ਹਾਂ ਨੂੰ ਇੰਨਾ ਵੀ ਨਹੀਂ ਪਤਾ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਰੋਟੀ ਵੀ ਬੜੀ ਮੁਸ਼ਕਲ ਨਾਲ ਪੱਕਦੀ ਹੈ, ਅਤੇ ਆਪਾਂ ਇਸ ਦਾ ਟੱਕਰ ਕਿੱਦਾਂ ਲਵਾਂਗੇ। ਫਿਰ ਮੈਂ ਇਹਨਾਂ ਪਰਿਵਾਰ ਨੂੰ ਆਸ਼ਵਾਸਨ ਦਵਾਇਆ ਕਿ ਮੈਂ ਤੁਹਾਡੇ ਨਾਲ ਖੜ੍ਹਾ ਹਾਂ, ਅਤੇ ਜੇ ਇਹਨੇ ਕੁਤਾਹੀ ਵਰਤੀ ਆ ਜਾਂ ਇਹਨੇ ਕੋਈ ਲੋਅ ਐਂਡ ਆਰਡਰ ਦੀ ਸਥਿਤੀ ਖਰਾਬ ਕੀਤੀ ਆ, ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਇਹ 'ਤੇ ਪਰਚਾ ਦਰਜ ਕੀਤਾ ਜਾਵੇ।